ਨਮਸਤੇ ਜੀ ਆਸਖਨੂਰ ਤੋਂ ਮਾਰੇ ਆਸੀ ਜਾ ਕਰਦੇ ਹੇ ਤੇ ਚਾਂਦ ਚ ਸਾਰੀ ਨਜ਼ਰ ਪਾੜੀ ਦੀ ਟੀਸਲੀ ਉਪਰ ਬੈਠੇ ਦੇ ਇੱਕ ਬੰਜੀ ਉਪਰ ਪਈ ਜਿਹੜਾ ਦਿਖਨੇ ਕੀ ਇੰਨਾਂ ਲੱਗਾ ਦਾ ਹਾ ਕਿ ਜੇਕਰ ਇਹ ਝਾਤ ਤੇ ਤੇ ਨਰ ਨਰਵਾ ਮਾਣੂਈ ਚੁਕੀ ਹੈ ਵੀ ਗਾਸਾ ਚ ਝਾੜੀ ਸਕਦਾ ਹੈ ਜਿਸ ਲੈ ਆਸਿੰਗ ਇਹਦੀ ਪਛਾਣ ਹੋਈ ਤੇ ਅਸੀਂ ਕੀ ਇਹ ਉਹ ਬੰਜੀ ਹੈ ਜਿਹੜੇ ਸਾੜੇ ਭਾਰਤ ਦੇਸ਼ ਚ ਬੜੇ ਕੱਟ ਬਚੇ ਦੇਨ ਤੇ ਇਹ ਇਲ ਇਲ ਦੂਸਤੋਂ ਇਲੜਾ ਖਿਲਾਓ ਬਲਚਾ ਰਖਿਲਾਓ ਜਾਂ ਫਿਰ ਗਿੱਦਾ ਖਿਲਾਓ ਸਾਢੇ ਦੇਸ਼ੇ ਚ ਇਹਦੀਆਂ ਲਗਭਗ 9 ਪ੍ਰਜਾਤੀਆਂ ਪਾਈ ਜਾਂਦੀਆਂ ਆਖੇ ਜਾਂਦਾ ਹੈ ਕਿ ਇਲ ਜ਼ਹਿਰੇ ਕੀ ਪਚਾਈ ਉਡਦੀ ਹੈ ਬੜੇ ਹਰੇ ਜਗੇ ਤਤੂਨ ਦੇ ਉਹਨੇ ਹੀ ਇਲ ਪਚਾਈ ਉਡਦੀ ਹੈ ਤੇ ਇਹ ਮਰੇ ਦੇ ਜਿਹੜੇ ਬੰਜੀ ਹੁੰਦੇ ਉਹਨੇ ਖਾਈਏ ਗੁਜ਼ਾਰਾ ਕਰਦੀ ਹੈ ਤਾ ਗਰੀ ਸਾਡੇ ਇਸ ਤਰ ਤੀਗੀ ਇਸ ਜਮੀਨਗੀ ਸਾਫ ਸੁਥਰਾ ਰੱਖਣੇ ਲਈ ਇਹ ਪੰਛੀ ਇਹ ਬੰਜੀ ਬੜਾ ਜ਼ਰੂਰੀ ਹੈ ਤੇ ਤੇ ਇਹਦੇ ਕਾਰਨ ਬੜੀ ਹਾਰੀਆਂ ਮਹਾਮਾਰੀਆਂ ਜਿਹੜੀਆਂ ਫੈਲਨੇ ਤੋਂ ਰੁਕੀ ਜਾਂਦੀਆਂ ਨੇ ਤੀਜਾ ਹੈ